ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਕਣਕ ਦਾ ਜਿਹੜਾ ਸੀਜ਼ਨ ਆ ਬੜੇ ਜ਼ੋਰ ਨਾਲ ਆ ਗਿਆ। ਮੰਡੀਆਂ 'ਚ ਕਣਕ ਇੰਨੀ ਤੇਜ਼ੀ ਨਾਲ ਆ ਰਹੀ ਹੈ ਕਿ ਮੰਡੀਆਂ ਨੱਕੋ ਨੱਕ ਭਰ ਗਈਆਂ ਨੇ, ਅਤੇ ਆਹ ਹਫ਼ਤੇ ਦੇ ਵਿੱਚ 30 ਅਪ੍ਰੈਲ ਤੱਕ ਸਾਰੀ ਕਣਕ ਕਿਸਾਨ ਨੇ ਵੱਢ ਕੇ ਮੰਡੀਆਂ 'ਚ ਲੈ ਆਉਣੀ ਹੈ, ਕਿਉਂਕਿ ਪਿਛਲੇ ਦਿਨੀ ਬਾਰਿਸ਼ਾਂ ਜਿਹੜੀਆਂ ਆਈਆਂ, ਅੱਗੇ ਮੌਸਮ ਦੇ ਖਰਾਬੀ ਦਾ ਡਰ ਹੈ। ਸੋ ਕਿਸਾਨ ਕਣਕ ਮੰਡੀਆਂ 'ਚ ਲਿਆ ਰਿਹਾ, ਪਰ ਸਰਕਾਰ ਬਿਲਕੁਲ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਮੰਡੀਆਂ 'ਚ ਖਰੀਦ ਨਹੀਂ ਹੋ ਰਹੀ, ਬਹਾਨੇਬਾਜ਼ੀ ਬਣਾ ਰਹੀ ਹੈ, ਨਵੀਂ ਦੀ ਬਹਾਨੇਬਾਜ਼ੀ ਬਣਾਈ ਜਾ ਰਹੀ ਹੈ। ਸੋ ਸਰਕਾਰ ਨੂੰ ਮੈਂ ਕਹਿੰਦਾ, ਬਹਾਨੇਬਾਜ਼ੀਆਂ ਛੱਡੋ, ਆਪਣੀ ਜਿਹੜੀਆਂ ਮਸ਼ੀਨਾਂ ਮਸ਼ੂਨਾਂ ਉਹਨੂੰ ਠੀਕ ਕਰੋ ਅਤੇ ਤੁਰਤ ਮੰਡੀਆਂ 'ਚ ਕਣਕ ਜ਼ੋਰ ਨਾਲ ਖਰੀਦਣ ਦਾ ਇੰਤਜ਼ਾਮ ਕਰੋ, ਨਹੀਂ ਤਾਂ ਕਣਕ ਦਾ ਇੰਨਾ ਗਲਾਟ ਆ ਜਾਏਗਾ ਮੰਡੀ 'ਚ, ਥੋਥੋ ਸੰਭਾਲਿਆ ਨਹੀਂ ਜਾਣਾ। ਬੜੀਆਂ ਹੁਣ ਤਾਂ ਤੁਸੀਂ ਟਾਰਾ ਮਾਰਦੇ ਹੁੰਦੇ ਸੀ ਕਾਂਗਰਸ ਵਾਲੇ ਕਿ ਮਨਿੰਦਰ ਸਿੰਘ ਦਾਣਾ ਦਾਣਾ ਚੱਕ ਲੈਂਦਾ, ਤੁਹਾਡੀ ਕਿਸਮਤ ਚੰਗੀ ਸੀ ਕਿ 5 ਸਾਲ ਤੁਹਾਡੇ ਉਦੋਂ ਬਾਰਿਸ਼ਾਂ ਨਹੀਂ ਪਈਆਂ, ਐਂ ਕਿ ਥੋੜ੍ਹੀਆਂ ਜਿਹੀਆਂ ਬਾਰਿਸ਼ਾਂ ਝੋਨੇ 'ਤੇ ਪਈਆਂ ਅਤੇ ਥੋੜ੍ਹੀਆਂ ਜਿਹੀਆਂ ਕਣਕ 'ਤੇ ਪਈਆਂ, ਹੁਣ ਥੋੜ੍ਹੀਆਂ ਚੀਕਾਂ ਵੱਜੀਆਂ ਪਈਆਂ, ਝੋਨੇ 'ਚ 100-100 ਰੁਪਇਆ ਕੁਇੰਟਲ ਰਿਸ਼ਵਤ ਚੱਲੀ ਅਤੇ ਹੁਣ ਕਣਕ ਤੁਸੀਂ ਖਰੀਦਣ ਤੋਂ ਭੱਜੇ ਜਾਂਦੇ ਆ। ਸੋ ਇਹ ਤੁਹਾਨੂੰ ਕਿਸੇ ਪਾਸੇ ਭੱਜਣ ਨਹੀਂ ਦੇਣਾ, ਜੇ ਤੁਸੀਂ ਭੱਜੋਗੇ ਅਕਾਲੀ ਦਲ ਕਿਸਾਨਾਂ ਨਾਲ ਰਲ ਕੇ ਤੁਹਾਨੂੰ ਘੇਰੇਗਾ, ਫਿਰ ਤੁਹਾਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਸੋ ਅਸੀਂ ਚਾਹੁੰਦੇ ਹਾਂ ਕਿਸਾਨ ਪਹਿਲਾਂ ਹੀ ਦੁਖੀ ਹੈ ਬਾਰਿਸ਼ਾਂ ਕਰਕੇ ਅਤੇ ਹੋਰ ਗੱਲਾਂ ਕਰਕੇ, ਅਤੇ ਤੁਸੀਂ ਤੁਰਤ ਜਿਹੜੀ ਮੰਡੀਆਂ 'ਚੋਂ ਸਾਰੀ ਕਣਕ ਦਾ ਦਾਣਾ ਦਾਣਾ ਖਰੀਦੋ, ਨਹੀਂ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਕਿਸਾਨ ਦਾ ਵੀ ਹੋਏਗਾ ਅਤੇ ਪੰਜਾਬ ਦਾ ਵੀ ਹੋਏਗਾ, ਅਤੇ ਫਿਰ ਇਹਦੀ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਏਗੀ। ਸੋ ਛੇਤੀ ਜਿੰਨੀ ਹੋ ਸਕਦਾ ਕਣਕ ਦੀ ਖਰੀਦ ਬੜੀ ਤੇਜ਼ੀ ਦੇ ਨਾਲ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।